ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਵਾਰੀ ਫਿਰ ਤੋਂ ਟੂਡੇ ਪੰਜਾਬ ਨਿਊਜ਼ ਚੈਨਲ ਦੇ ਵਿੱਚ ਤੇ ਗੱਲਬਾਤ ਕਰਾਂਗੇ ਦੇਸ਼ ਵਿਦੇਸ਼ ਦੀਆਂ ਅੱਜ ਦੀਆਂ ਵੱਡੀਆਂ ਖਬਰਾਂ ਦੀ ਤੇ ਖਬਰਾਂ ਨੂੰ ਸ਼ੁਰੂ ਕਰਦੇ ਬਲ ਇੱਕ ਵਾਰੀ ਨਜ਼ਰ ਮਾਰਦੇ ਹਾਂ ਚੌਣਵੀਂ ਖਬਰਾਂ ਤੇ ਪਹਿਲੀ ਚੌਣਵੀਂ ਖਬਰ ਹੈ ਜੀ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਬਿਜਲੀ ਦੇ ਖਪਤਕਾਰਾਂ ਨੂੰ ਦਿੱਤੀ ਵੱਡੀ ਰਾਹਤ ਮਹਿੰਗੀ ਕਿਟਕਟ ਬਣਾਉਣ ਵਾਲੇ ਨੈਸਲੇ ਦੇ 70% ਪ੍ਰੋਡਕਟ ਸੇਤਮਾਨ ਦਾ ਨਹੀਂ ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀਆਂ 8393 ਸਾਮੀਆਂ ਹੁਣ ਭਰੀਆਂ ਜਾਣਗੀਆਂ ਤਿੰਨ ਮੈਂਬਰੀ ਕਮੇਟੀ ਸਾਹਮਣੇ ਪੇਸ਼ ਹੋਣ ਤੋਂ ਬਾਅਦ মিডিਆ ਸਾਹਮਣੇ ਆਏ ਨਵਜੋਤ ਸਿੱਧੂ ਦਿੱਤਾ ਵੱਡਾ ਬਿਆਨ ਪੰਜਾਬ ਪੁਲਿਸ ਵਿੱਚ ਖੁੱਲੀ ਕਾਂਸਟੇਬਲ ਦੀ ਭਰਤੀ ਚੈੱਕ ਕਰੋ ਨੋਟੀਫਿਕੇਸ਼ਨ CBSE 12ਵੀਂ ਦੀ ਪ੍ਰੀਖਿਆ ਰੱਦ ਕਰਨ ਦੇ ਫੈਸਲੇ ਦੀ ਕਿਉਂ ਕੀਤੀ ਗਈ ਨੋਟਬੰਦੀ ਤੇ GST ਨਾਲ ਤੁਲਨਾ एलपीजी प्राइस टुडे ਰਸੋਈ ਗੈਸ ਦੀ ਕੀਮਤ ਵਿੱਚ ਵੱਡੀ ਕਟੌਤੀ ਨਵੇਂ ਰੇਟ ਅੱਜ ਤੋਂ ਲਾਗੂ 2022 ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਤੇ ਭਗਵੰਤ ਮਾਨ ਨੇ ਦਿੱਤਾ ਵੱਡਾ ਬਿਆਨ ਪੰਜਾਬ ਤੇ ਯੂਪੀ ਸਣੇ ਇਹਨਾਂ ਪੰਜਾਬ ਸੂਬੇ ਚ ਅਗਲੇ ਸਾਲ ਜਰੂਰ ਹੋਣਗੀਆਂ ਚੋਣਾਂ ਮੁੱਖ ਚੋਣ ਕਮਿਸ਼ਨਰ ਨੇ ਦਿੱਤਾ ਭਰੋਸਾ ਸਰਕਾਰੀ ਮਲੇ ਮਲੇ ਖੁਸ਼ਖਬਰੀ ਤਨਖਾਹ ਵਧਾਉਣ ਦੀ ਪ੍ਰਕਿਰਿਆ ਸ਼ੁਰੂ 3000 ETT ਅਧਿਆਪਕ ਹੋਣਗੇ ਮਾਸਟਰ ਕੇਡਰ ਚ ਪ੍ਰਮੋਟ ਸਿੱਖਿਆ ਸਕੱਤਰ ਆਉਣ ਵਾਲੇ ਦਿਨਾਂ ਚ ਕੀ ਰਹੇਗਾ ਮੌਸਮ ਦਾ ਹਾਲ ਹੁਣ ਜਾਣੋ ਕਿੱਥੇ ਕਿੱਥੇ ਹੋਵੇਗੀ ਬਾਰਿਸ਼ ਹੁਣ ਬੋਰੀ ਯੂਰੀਆ ਹੁਣ ਇੱਕ ਬੋਤਲ ਵਿੱਚ ਹੀ ਮਿਲੇਗੀ ਪੰਜਾਬ ਵਿੱਚ ਖਾਸ ਕਰਕੇ ਦੀ ਖੇਤੀ ਖਾਤਰ ਵਿਧਾਇਕ ਲਾਮਬੰਦੀ ਵੱਲ ਤੁਰੇ ਤਾਂ ਦੋਸਤੋ ਇਸ ਗੀਆਂ ਆਪਣੇ ਸਮੇਂ ਦੀਆਂ ਚੋਣਵੀਆਂ ਖਬਰਾਂ ਤੇ ਹੁਣ ਗੱਲਬਾਤ ਕਰਦੇ ਹਾਂ ਜੇ ਸਮੇਂ ਦੀ ਪਹਿਲੀ ਵੱਡੀ ਖਬਰ ਦੀ ਕਿਰਪਾ ਕਰਕੇ ਜਿਨ੍ਹਾਂ ਦੋਸਤਾਂ ਨੇ ਹਲੇ ਤੱਕ ਆਪਣਾ YouTube ਚੈਨਲ ਟੂਡੇ ਪੰਜਾਬ న్యూਸ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋ ਸਬਸਕ੍ਰਾਈਬ ਕਰ ਲੈ ਤੇ ਨਾਲ ਹੀ ਆਪਣੇ Facebook ਪੇਜ ਜਿਸ ਦਾ ਨਾਮ ਜੀ ਟੂਡੇ ਪੰਜਾਬ న్యూਸ ਦੋਸਤੋ ਵੀ ਫੋਲੋ ਕਰ ਲਓ ਕਿਉਂਕਿ ਉੱਥੇ ਵੀ ਆਪਾਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਤਾਜ਼ਾ ਤੇ ਨਵੀਆਂ ਖਬਰਾਂ ਤੁਹਾਡੇ ਲਈ ਲੈ ਕੇ ਆਉਣੇ ਰਹਿੰਦੇ ਆ ਤੇ ਨਾਲ ਹੀ ਸਾਡੇ ਦੁਆਰਾ ਦਿੱਤੀ ਜਾਣਕਾਰੀ ਜੇ ਤੁਹਾਨੂੰ ਵਧੀਆ ਲੱਗ ਜੇ ਤਾਂ ਕਿਰਪਾ ਕਰਕੇ ਆਪਣੀ ਵੀਡੀਓ ਨੂੰ ਇੱਕ ਲਾਈਕ ਵੀ ਜਰੂਰ ਕਰ ਦਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਪਹਿਲੀ ਖਬਰ ਹੈ ਜੀ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਬਿਜਲੀ ਦੇ ਖਪਤਕਾਰਾਂ ਨੂੰ ਦਿੱਤੀ ਵੱਡੀ ਰਾਹਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਬਿਜਲੀ ਦੇ ਖਪਤਕਾਰਾਂ ਨੂੰ ਇੱਕ ਵੱਡੀ ਰਾਹਤ ਦਿੱਤੀ ਹੈ ਬਿਜਲੀ ਖਪਤਕਾਰ ਹੁਣ ਘਰ ਬੈਠੇ ਹੀ ਨੈੱਟ ਬੈਂਕਿੰਗ ਡੈਬਿਟ ਕਾਰਡ ਕ੍ਰੈਡਿਟ ਕਾਰਡ ਰੁਪਏ ਕਾਰਡ ਮੋਬਾਈਲ ਵਾਲਟ ਯੂ ਬੀ ਆਈ ਆਰਟੀਜੀਐਸ ਰਾਹੀਂ ਬਿਜਲੀ ਬਿੱਲਾਂ ਦਾ ਭੁਗਤਾਨ ਕਰ ਸਕਦੇ ਹਨ ਜਿਸ ਕਾਰਨ ਤੁਸੀਂ ਬਿੱਲਾਂ ਦਾ ਡਿਜੀਟਲ ਭੁਗਤਾਨ ਕਰ ਸਕਦੇ ਹੋ ਤੇ ਕਿਤਾਬ ਕਤਾਰਾਂ ਵਿੱਚ ਖੜੇ ਹੋ ਕੇ ਬਿਲ ਦੇਣ ਵਾਲੇ ਸਿਸਟਮ ਤੋਂ ਛੁਟਕਾਰਾ ਪਾ ਸਕਦੇ ਹੋ ਇਸ ਨਾਲ ਸਮੇਂ ਦੀ ਬਚਤ ਹੋਣ ਦੇ ਨਾਲ ਨਾਲ ਪੈਸੇ ਦੀ ਬਚਤ ਹੋਵੇਗੇ ਇਸ ਤੋਂ ਇਲਾਵਾ 1 ਜੁਲਾਈ 2021 ਤੋਂ ਬਿੱਲਾਂ ਦੇ ਡੀਟੇਲ ਭੁਗਤਾਨ ਤੇ 100 ਰੁਪਏ ਤੱਕ ਦੀ ਛੋਟ ਮਿਲੇਗੀ ਅਤੇ ਦੱਸਦੇ ਕਿ ਮਿਤੀ 1 ਸਤ 2021 ਤੋਂ ਬਾਅਦ 20000 ਰੁਪਏ ਤੋਂ ਵੱਧ ਦੇ ਬਿੱਲਾਂ ਦਾ ਭੁਗਤਾਨ ਸਿਰਫ ਡੀਟੇਲ ਤਰੀਕੇ ਰਾਹੀਂ ਹੀ ਕੀਤਾ ਜਾ ਸਕੇਗਾ ਮੈਗੀ ਕਿਟਕਟ ਬਣਾਉਣ ਵਾਲੀ ਨੈਸਲੇ ਦੇ 70% ਪ੍ਰੋਡਕਟ ਸੇਤਮਾਨ ਦਾ ਨਹੀਂ ਜੀ ਹਾਂ ਦੋਸਤੋ ਮੈਗੀ ਨੂਡਲਸ ਕਿਟਕਟ ਚਾਕਲੇਟ ਅਤੇ ਇਸ ਕੈਫੇ ਵਰਗੇ ਪ੍ਰੋਡਕਟਸ ਬਣਾਉਣ ਵਾਲੀ ਨੈਸਲੇ ਨੇ ਦੇ ਕੁਝ ਅੰਦਰੂਨੀ ਦਸਤਾਵੇਜ਼ਾਂ ਨੇ ਐਸਾ ਖੁਲਾਸਾ ਕੀਤਾ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਇਹਨਾਂ ਦਸਤਾਵੇਜ਼ਾਂ ਮੁਤਾਬਕ ਨੈਸਲੇ ਦੇ 70 ਫੀਸਦੀ ਤੋਂ ਵੱਧ ਪ੍ਰੋਡਕਟਸ ਸਿਹਤਮੰਦ ਨਹੀਂ ਨੇ ਨੈਸਲੇ ਦਾ ਇਹ ਵੀ ਕਹਿਣਾ ਹੈ ਕਿ ਕੁਝ ਪ੍ਰੋਡਕਟ ਐਸੇ ਨੇ ਕਿ ਜਿਨ੍ਹਾਂ ਨੂੰ ਜਿੰਨਾ ਮਾਦੀ ਠੀਕ ਕਰ ਲਿਆ ਜਾਵੇ ਪਰ ਉਹ ਕਦੇ ਵੀ ਸਿਹਤਮੰਦ ਜਾਂ ਹੈਲਦੀ ਫੂਡ ਨਹੀਂ ਬਣ ਸਕਦੇ ਯੂਕੇ ਦੇ ਰੋਜ਼ਾਨਾ ਖ਼ਬਰ ਫਾਈਨੈਂਸ਼ੀਅਲ ਟਾਈਮਜ਼ ਦੇ ਅਨੁਸਾਰ 2021 ਦੇ ਆਰੰਭ ਵਿੱਚ ਚੋਟੀ ਦੇ ਅਧਿਕਾਰੀਆਂ ਵਿੱਚ ਪ੍ਰਸਤੁਤ ਕੀਤੀ ਗਈ ਇੱਕ ਪ੍ਰੈਜੈਂਟੇਸ਼ਨ ਵਿੱਚ ਕਿਹਾ ਗਿਆ ਸੀ ਕਿ ਨੈਸਲੇ ਦੇ ਸਿਰਫ 37% ਉਤਪਾਦਾਂ ਨੇ ਪਾਲਤੂ ਪੋਜਨ ਤੇ ਵਿਸ਼ੇਸ਼ ਡਾਕਟਰੀ ਪ੍ਰੋਸ਼ਨ ਨੂੰ ਛੱਡ ਕੇ ਆਸਟ੍ਰੇਲੀਆ ਦੇ ਸੇਫਟ ਸਟਾਰ ਰੇਟਿੰਗ ਪ੍ਰਣਾਲੀ ਤਹਿਤ 3.5 ਤੋਂ ਵੱਧ ਦੀ ਰੇਟਿੰਗ ਪ੍ਰਾਪਤ ਕੀਤੀ ਅਤੇ ਕੰਪਨੀ 3.5 ਸਟਾਰ ਦਰਜਾਬੰਦੀ ਨੂੰ ਸੇਫਟ ਦੀ ਮਾਨਤਾ ਪ੍ਰਾਪਤ ਪਰਿਭਾਸ਼ਾ ਮੰਨਿਆ ਤੇ ਪ੍ਰਣਾਲੀ 5 ਸਟਾਰ ਦੇ ਪੈਮਾਨੇ ਤੇ ਭੋਜਨ ਨੂੰ ਦਾਜਾ ਜਾਂਦੀ ਹੈ ਤੇ ਅੰਤਰਰਾਸ਼ਟਰੀ ਸਮੂਹਾਂ ਵੱਲੋਂ ਮਾਪਦੰਡ ਵਜੋਂ ਵਰਤੀ ਜਾਂਦੀ ਹੈ ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀਆਂ 393 ਅਸਾਮੀਆਂ ਹੁਣ ਭਰੀਆਂ ਜਾਣਗੀਆਂ ਸਿੱਖਿਆ ਭਾਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ 23 11 2020 ਨੂੰ ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀਆਂ 393 ਅਸਾਮੀਆਂ ਨੂੰ ਪਾਸਵੰਦੀ ਵਿਗਿਆਪਨ ਦਿੱਤਾ ਗਿਆ ਸੀ ਇਹਨਾਂ ਅਸਾਮੀਆਂ ਦਾ ਲਿਖਤ ਪੇਪਰ 27 6 2021 ਦਿਨ ਐਤਵਾਰ 10 ਵਜੇ ਤੋਂ 12 ਵਜੇ ਤੱਕ ਹੋਵੇਗਾ ਟੈਸਟ ਦਾ ਸਥਾਨ ਰੋਲ ਨੰਬਰ ਸਲਿੱਪ ਜਾਰੀ ਕਰਦੇ ਦਰਸਾਇਆ ਜਾਵੇਗਾ ਤਿੰਨ ਮੈਂਬਰੇ ਕਮੇਟੀ ਸਾਹਮਣੇ ਪੇਸ਼ ਹੋਣ ਤੋਂ ਬਾਅਦ মিডিਆ ਸਾਹਮਣੇ ਆਏ ਨਵਜੋਤ ਸਿੱਧੂ ਦਿੱਤਾ ਵੱਡਾ ਬਿਆਨ ਪੰਜਾਬ ਕਾਂਗਰਸ ਦੇ ਕਲੇਸ਼ ਨੂੰ ਖਤਮ ਕਰਨ ਲਈ ਹਾਈ ਕਮਾਂਡ ਵੱਲੋਂ ਬਣਾਈ ਗਈ ਕਮੇਟੀ ਅੱਗੇ ਪੇਸ਼ ਹੋ ਕੇ ਨਵਜੋਤ ਸਿੱਧੂ ਨੇ ਕੱਲ ਆਪਣਾ ਪੱਖ ਰੱਖਿਆ ਤਿੰਨ ਮੈਂਬਰੀ ਕਮੇਟੀ ਨਾਲ ਮੁਲਾਕਾਤ ਤੋਂ ਬਾਅਦ ਨਵਜੋਤ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਮੇਟੀ ਵੱਲੋਂ ਜੋ ਕੁਝ ਵੀ ਉਹਨਾਂ ਤੋਂ ਪੁੱਛਿਆ ਗਿਆ ਉਹਨਾਂ ਪੂਰੀ ਦਲੇਰੀ ਨਾਲ ਉਹਨਾਂ ਦਾ ਜਵਾਬ ਦਿੱਤਾ ਜੋ ਕਰ ਵੀ ਪੁੱਛਿਆ ਗਿਆ ਮੈਂ ਹਰ ਸਵਾਲ ਦਾ ਜਵਾਬ ਦਿੰਦਾ ਅਸਿੱਧੂ ਨੇ ਕਿਹਾ ਕਿ ਜ਼ਮੀਨ ਪਾਰ ਕੇ ਪੰਜਾਬ ਦੇ ਲੋਕਾਂ ਦੀ ਆਵਾਜ਼ ਬਾਹਰ ਆ ਰਹੀ ਹੈ ਅਤੇ ਇਸ ਆਵਾਜ਼ ਨੂੰ ਉਹ ਹਾਈ ਕਮਾਂਡ ਤੱਕ ਪਹੁੰਚਾਉਣ ਲਈ ਅੱਜ ਇੱਥੇ ਆਏ ਨੇ ਉਹਨੇ ਕਿਹਾ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੋ ਮੇਰਾ ਸਟੈਂਡ ਹੈ ਮੈਂ ਉਸ ਤੇ ਕਾਇਮ ਹਾਂ ਤੇ ਰਹਾਂਗਾ ਪੰਜਾਬ ਪੁਲਿਸ ਵਿੱਚ ਖੁੱਲੀ ਕਾਂਸਟੇਬਲ ਦੀ ਭਰਤੀ ਚੈੱਕ ਕਰੋ ਨੋਟੀਫਿਕੇਸ਼ਨ ਜੀ ਹਾਂ ਦੋਸਤੋ ਪੰਜਾਬ ਪੁਲਿਸ ਜ਼ਿਲ੍ਹਿਆਂ ਵਿੱਚ ਪੁਲਿਸ ਕਾਂਸਟੇਬਲ ਦੀਆਂ ਅਸਾਮੀਆਂ ਦੀ ਭਰਤੀ ਕਰਨ ਜਾ ਰਹੀ ਹੈ ਤੇ ਪੰਜਾਬ ਪੁਲਿਸ ਭਾਰਤੀ ਬੋਰਡ ਜਲਦੀ ਹੀ ਕਾਂਸਟੇਬਲ ਭਾਰਤੀ 2021 ਲਈ ਅਦਕਾਟ ਨੋਟੀਫਿਕੇਸ਼ਨ ਜਾਰੀ ਕਰੇਗਾ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਿਨੇ ਕਰਨ ਦੀ ਪ੍ਰਕਿਰਿਆ ਸ਼ੁਰੂੀ ਸ਼ੁਰੂਆਤ ਤੋਂ ਬਾਅਦ ਮਾਦਤ ਤੇ ਔਰਤ ਉਮੀਦਵਾਰ ਸਰਕਾਰੀ ਵੈਬਸਾਈਟ ਪੰਜਾਬਪੁਲਿਸ.gov.in ਤੇ ਜਾ ਕੇ ਅਰਜ਼ੀ ਦੇ ਸਕਦੇ ਨੇ ਪੰਜਾਬ ਪੁਲਿਸ ਨੇ ਕਾਂਸਟੇਬਲ ਭਾਰਤੀ 2021 ਸੰਬੰਧੀ ਆਪਣੇ ਟਵਿੱਟਰ ਹੈਂਡਲ ਤੇ ਨੋਟਿਸ ਜਾਰੀ ਕਰ ਦਿੱਤਾ ਹੈ ਨੋਟਿਸ ਵਿੱਚ ਯੋਗਤਾ ਦੇ ਮਾਪਦੰਡ ਤੇ ਚੋਣ ਪ੍ਰਕਿਰਿਆ ਸ਼ਾਮਲ ਹੈ ਯੋਗਤਾ ਮਾਪਦੰਡ ਹੈਗਾ ਜੀ ਉਮਰ 1 ਜਨਵਰੀ 2021 ਤੱਕ 18 ਤੋਂ 28 ਸਾਲ ਹੋਣੀ ਚਾਹੀਦੀ ਹੈ ਵਿੱਚ ਇੱਕ ਯੋਗਤਾ ਉਮੀਦਵਾਰ ਪਲੱਸ 2 ਜਾਂ ਇਸ ਦੇ ਬਰਾਬਰ ਹੋਣੇ ਚਾਹੀਦੇ ਨੇ ਉਮੀਦਵਾਰਾਂ ਨੂੰ میٹرਿਕ ਪੱਧਰ ਜਾਂ ਇਸ ਦੇ ਬਰਾਬਰ ਪੱਧਰ ਦੇ ਪੰਜਾਬੀ ਵਿੱਚ ਪਾਸ ਹੋਣਾ ਚਾਹੀਦਾ ਤੇ ਜਿਹੜੀ ਚੋਣ ਪ੍ਰਕਿਰਿਆ ਜੀ ਪੰਜਾਬ ਕਾਂਸਟੇਬਲ ਭਰਤੀ ਦੀ ਚੋਣ ਪ੍ਰਕਿਰਿਆ ਵਿੱਚ ਲੈਕਟਿਟ ਟੈਸਟ ਅਤੇ ਸਰੀਰਕ ਟੈਸਟ ਹੁੰਦੇ ਸਿਰਫ ਉਹ ਹੀ ਉਮੀਦਵਾਰ ਜੋ ਲੈਕਟਿਟ ਟੈਸਟ ਪਾਸ ਕਰਦੇ ਨੇ ਉਹ ਪੀਐਸਟੀ ਲਈ ਯੋਗ ਹੋਣਗੇ ਹਾਲਾਂਕਿ ਮੈਟ ਲੈਕਟਿਟ ਟੈਸਟ ਵਿੱਚੋਂ ਕੱਢੀ ਜਾਵੇਗੀ CBSE 12ਵੀਂ ਦੀ ਪ੍ਰੀਖਿਆ ਰੱਦ ਕਰਨ ਦੇ ਫੈਸਲੇ ਤੇ ਕਿਉਂ ਕੀਤੀ ਗਈ ਨੋਟਬੰਦ ਦੇ GST ਨਾਲ ਤੁਲਨਾ ਅਹਿਮ ਖਬਰ ਜੀਹਾਂ ਦੋਸਤੋ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਇਸ ਵਾਰ ਕਰੋਨਾ ਦੇ ਹਾਲਾਤਾਂ ਦੇ ਮੱਦੇਨਜ਼ਰ 12ਵੀਂ ਦੀ ਪ੍ਰੀਖਿਆ ਨਹੀਂ ਲਈ ਜਾਵੇਗੀ ਇਹ ਫੈਸਲਾ ਵਿਦਿਆਰਥੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਲਿਆ ਗਿਆ ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਦਿਆਰਥੀਆਂ ਦੀ ਸਿਹਤ ਅਤੇ ਸੁਰੱਖਿਆ ਸਾਡੀ ਸਭ ਤੋਂ ਵੱਡੀ ਪ੍ਰਮੁੱਖਤਾ ਹੈ ਤੇ ਜਿਸ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ ਉਹਨਾਂ ਅੱਗੇ ਕਿਹਾ ਕਿ ਵਿਦਿਆਰਥੀਆਂ ਤੇ ਮਾਪਿਆਂ ਵਿੱਚੋਂ ਨਿਰਾਸ਼ਤਾ ਖਤਮ ਹੋਣੀ ਚਾਹੀਦੀ ਹੈ ਅਜਿਹੇ ਤਣਾਅ ਵਾਲੇ ਸਮੇਂ ਦੌਰਾਨ ਸਮੇਂ ਦੌਰਾਨ ਵਿਦਿਆਰਥੀਆਂ ਨੂੰ ਪ੍ਰੀਖਿਆ ਦੇ ਲੈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ ਚਾਹੀਦਾ ਤੇ ਇਸ ਦੇ ਲੈ ਕੇ ਪੰਜਾਬ ਦੇ ਸਿੱਖਿਆ ਮੰਤਰੀ ਜਿਹੜਾ ਪ੍ਰਤੀਕਰਮ ਹੈ ਉਸ ਬਾਰੇ ਵੀ ਤੁਹਾਨੂੰ ਥੋੜਾ ਜਿਆਦਾ ਦੱਸ ਦਿੰਦੇ ਕਿ ਪੰਜਾਬ ਦੇ ਸਿੱਖਿਆ ਮੰਤਰੀ ਵਿਜੇਂਦਰ ਸਿੰਘਲਾ ਨੇ ਸੀਬੀਐਸਸੀ ਦੀ 12ਵੀਂ ਪ੍ਰੀਖਿਆ 12ਵੀਂ ਦੀ ਪ੍ਰੀਖਿਆ ਰੱਦ ਕਰਨ ਦੇ ਕੇਂਦਰ ਦੇ ਫੈਸਲੇ ਨੂੰ ਵਿਦਿਆਰਥੀਆਂ ਦੀ ਸੁਰੱਖਿਆ ਲਈ ਲਿਆ ਗਿਆ ਫੈਸਲਾ ਦੱਸਿਆ ਪਰ ਉਹਨਾਂ ਨਾਲ ਹੀ ਕਿਹਾ ਕਿ ਕੇਂਦਰ ਸਰਕਾਰ ਨੋਟਬੰਦੀ ਜੀਐਸਟੀ ਵਾਂਗ ਹਮੇਸ਼ਾ ਗੈਰਹੀ ਹੋਈ ਨਾ ਬੰਦੀ ਫੈਸਲੇ ਬੰਦੀ ਦੇ ਫੈਸਲੇ ਲੈਂਦੀ ਹੈ ਤੇ ਉਹ ਵੀ ਇਸੇ ਤਰ੍ਹਾਂ ਤੇ ਇਸ ਵਿੱਚ ਅਜੇ ਕੋਈ ਯੋਜਨਾ ਬੰਦੀ ਨਹੀਂ ਦੱਸੀ ਗਈ ਹੈ ਉਹਨਾਂ ਕਿਹਾ ਕਿ ਸੂਬਿਆਂ ਦੇ ਸਿੱਖਿਆ ਬੋਰਡ ਵੀ ਸੀਬੀਐਸਸੀ ਵੱਲ ਦੇਖ ਕੇ ਹੀ ਕੰਮ ਚੁੱਕਦੇ ਨੇ ਪਰ ਇਸ ਵਿੱਚ ਵਿਦਿਆਰਥੀ ਦੀ ਕੋਈ ਅਗਲੇਰੀ ਯੋਜਨਾ ਨਹੀਂ ਦੱਸੀ ਗਈ ਹੈ एलपीजी प्राइस टुडे सोई गैस दी कीमत ਵਿੱਚ ਕਟੌਤੀ 3 ਨਵੇਂ ਰੇਟ ਅੱਜ ਤੋਂ ਲਾਗੂ ਜੀਹਾਂ ਦੋਸਤੋ एलपीजी ਗਾcka ਲਈ ਵੱਡੀ ਖਬਰ ਹੈ 1 ਜੂਨ ਨੂੰ ਸਰਕਾਰੀ ਤੇਲ ਕੰਪਨੀਆਂ ਨੇ ਗੈਸ ਲੈਂਡਰ ਦੀ ਕੀਮਤ ਵਿੱਚ ਕਟੌਤੀ ਕਰ ਦਿੱਤੀ ਅਤੇ IOC ਨੇ IOC ਨੇ 19 ਕਿਲੋ ਵਾਲੇ ਕਮਰਸ਼ੀਅਲ ਗੈਸ ਲੈਂਡਰ ਦੀਆਂ ਕੀਮਤਾਂ ਵਿੱਚ ਰਾਹਤ ਦਿੱਤੀ ਜਦ ਕਿ ਘਰੇਲੂ ਰਸੋਈ ਗੈਸ ਲੈਂਡਰ ਦੀਆਂ ਕੀਮਤਾਂ ਵਿੱਚ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ ਲਗਾਤਾਰ ਤੀਸਰੇ ਮਹੀਨੇ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਦੱਸ ਦਈਏ ਕਿ 19 ਕਿਲੋ ਵਾਲੇ ਸਿਲੰਡਰ ਦੀ ਕੀਮਤ ਵਿੱਚ ਇਸ ਤੋਂ ਪਹਿਲਾਂ ਵੀ ਮਈ ਵਿੱਚ ਕਟੌਤੀ ਕੀਤੀ ਗਈ ਸੀ ਤਾਂ IOC ਨੇ ਵੈੱਬਸਾਈਟ ਮੁਤਾਬਕ ਦਿੱਲੀ 'ਚ 1 ਜੂਨ ਤੋਂ 19 ਕਿਲੋਗ੍ਰam ਵਾਲੇ ਕਮਰਸ਼ੀਅਲ ਸਿਲੰਡਰ ਦੇ ਭਾਅ ਵਿੱਚ 123 ਰੁਪਏ ਦੀ ਕਟੌਤੀ ਕੀਤੀ ਜਿਸ ਤੋਂ ਬਾਅਦ ਇਸ ਦੀ ਕੀਮਤ 1473.50 ਰੁਪਏ ਪ੍ਰਤੀ ਸਿਲੰਡਰ ਹੈ ਤੇ ਉੱਤੇ ਹੀ ਮਈ ਮਹੀਨੇ ਵਿੱਚ ਇਸ ਦੀ ਕੀਮਤ 1595 ਰੁਪਏ 50 ਪੈਸੇ ਸੀ ਅਤੇ ਜਾਰੀ ਕਿ ਜਿਹੜੇ ਕਮਰਸ਼ੀਅਲ ਸਿਲੰਡਰ ਉਹ ਹੁੰਦੇ ਜਿਹੜੇ ਦੁਕਾਨਾਂ ਵਗੈਰਾ ਜਾਂ ਪੈਲਸਾਂ ਵਿੱਚ ਵੱਡੇ ਸਿਲੰਡਰ ਵਰਤੇ ਜਾਂਦੇ ਉਹਨਾਂ ਵਿੱਚ ਜਿਹੜੀ ਸਰਕਾਰ ਵੱਲੋਂ ਜਾਂ ਐਲਪੀਜੀ ਕੰਪਨੀ ਵੱਲੋਂ ਕਟੌਤੀ ਕਰ ਦਿੱਤੀ ਗਈ ਹੈ ਜਿਹੜੀ ਕਟੌਤੀ ਹੈ ਜੀ 123 ਰੁਪਏ ਦੀ ਕਟੌਤੀ ਕੀਤੀ ਗਈ ਹੈ 2022 ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਚ ਮੁੱਖ ਮੰਤਰੀ ਅਹੁਦੇ ਦੇ ਅਮੀਰਵਾਰ ਤੇ ਭਗਵੰਤ ਮਾਨ ਦਾ ਵੱਡਾ ਬਿਆਨ ਪੰਜਾਬ ਦੀ ਸਿਆਸਤ ਕਦੇ ਵੀ ਜਾਤੀ ਆਧਾਰਤ ਨਹੀਂ ਰਹੀ ਤੇ ਨਾ ਹੀ ਅਜਿਹਾ ਕਦੇ ਹੋਵਗੇ ਤੇ ਸਾਰੇ ਲੋਕ ਮਿਲਜੁਲ ਕੇ ਰਹਿੰਦੇ ਨੇ ਤੇ ਇਕੱਠੇ ਹੀ ਫੈਸਲਾ ਲੈਂਦੇ ਨੇ ਇਸ ਨਾਲ ਭਾਰਤੀ ਜਨਤਾ ਪਾਰਟੀ ਆਪਣੀਆਂ ਇਹਨਾਂ ਸਾਥੀਆਂ ਨੂੰ ਪੰਜਾਬ ਤੋਂ ਦੂਰ ਰੱਖੇ ਜਿੱਥੋਂ ਤੱਕ ਆਮ ਆਦਮੀ ਪਾਰਟੀ ਦਾ ਸਵਾਲ ਹੈ ਸਾਡੀ ਪਾਰਟੀ ਪੰਜਾਬ ਨੂੰ ਅਜਿਹਾ ਸੀ ਸੀਐਮ ਦੇਵੇ ਕਿ ਜੋ ਦਲੇ ਤੇ ਬ੍ਰਾਹਮਣ ਜੱਟ ਜਾਂ ਕਿਸੇ ਹੋਰ ਜਾਤੀ ਦਾ ਨਹੀਂ ਸਕੋ ਪੂਰੇ ਪੰਜਾਬ ਦਾ ਸੀਐਮ ਹੋਵੇਗਾ ਇਹ ਗੱਲ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਕਹੀ। ਉਹਨਾਂ ਨੂੰ ਪੁੱਛਿਆ ਗਿਆ ਸੀ ਕਿ ਭਾਇ ਭਾਵਾ ਦਲੇ ਦਾ ਸੀਐਮ ਦੀ ਗੱਲ ਕਹੀ ਗਈ ਹੈ ਜਦੋਂ ਕਿ ਕਾਂਗਰਸ ਵਿੱਚ ਅਜੇ ਹੀ ਆਵਾਜ਼ ਉੱਠ ਲੱਗੀ ਹੈ ਤਾਂ ਇਸ ਆਮ ਆਦਮੀ ਪਾਰਟੀ ਦੀ ਕੀ ਰਣਨੀਤੀ ਰਹੇਗੀ? ਭਗਵੰਤ ਮਾਨ ਨੇ ਕਿਹਾ ਕਿ ਅਸਲ ਵਿੱਚ ਭਾਰਤੀ ਜਨਤਾ ਪਾਰਟੀ ਦੀ ਰਾਜਨੀਤਿਕ ਦਾ ਆਧਾਰ ਹੈ ਤੇ ਸਮਪਰਦਾਇਕਤਾ ਦੇ ਆਧਾਰ ਤੇ ਤਕਸੀਮ ਕਰਕੇ ਹੀ ਇਹ ਆਪਣੀ ਰਾਇਨੀਤੀ ਕਰਦੀ ਹੈ ਤੇ ਅਜੇ ਹਾਈ ਯਤਨ ਭਾਜਪਾ ਵੱਲੋਂ ਪੰਜਾਬ ਵਿੱਚ ਕੀਤਾ ਜਾ ਰਿਹਾ ਹੈ ਪਰ ਭਾਜਪਾ ਦਾ ਭਲੇਖਾ ਛੇਤੀ ਹੀ ਟੁੱਟ ਜਾਵੇਗਾ ਕਿਉਂਕਿ ਪੰਜਾਬ ਉਹ ਜਿਹਾਰ ਨਹੀਂ ਹੈ ਜਿਹੋ ਜਿਹਾਂ ਭਾਜਪਾ ਵਾਲੇ ਸੋਚ ਰਹੇ ਨੇ ਮੰਨ ਲਿਆ ਕਿ ਆਮ ਆਦਮੀ ਪਾਰਟੀ ਪੰਜਾਬ ਨੂੰ ਅਜੇਹਾ ਮੁੱਖ ਮੰਤਰੀ ਦੇਵੇਗੀ ਜੋ ਜਾਤੀਵਾਦ ਖੇਤਰਵਾਦ ਜਾਂ ਭਰਾ ਭਤੀਜਵਾਦ ਤੋਂ ਕੋਹਾ ਦੂਰ ਹੋਵੇਗਾ ਤੇ ਪੂਰੇ ਪੰਜਾਬ ਤੇ ਪੰਜਾਬ ਦੇ ਹਰ ਨਾਗਰਿਕ ਨੂੰ ਆਪਣਾ ਮਨ ਕੀ ਉਹਨਾਂ ਦੀ ਭਲਾਈ ਲਈ ਫੈਸਲੇ ਲਵੇਗਾ ਪੰਜਾਬ ਤੇ ਯੂਪੀ ਸਣੇ ਇਹਨਾਂ ਪੰਜ ਸੂਬਿਆਂ 'ਚ ਅਗਲੇ ਸਾਲ ਜ਼ਰੂਰ ਹੋਣਗੀਆਂ ਚੋਣਾਂ ਮੁੱਖ ਚੋਣ ਕਮਿਸ਼ਨਰ ਨੇ ਦਿੱਤਾ ਭਰੋਸਾ ਕਰੋਨਾ ਮਹਾਮਾਰੀ ਦੇ ਵਿਚਕਾਰ ਵਿਧਾਨ ਸਭਾ ਚੋਣਾਂ ਨੂੰ ਸੁਰੱਖਿਅਤ ਢੰਗ ਨਾਲ ਕਰਵਾਉਣਾ ਚੋਣ ਕਮਿਸ਼ਨ ਲਈ ਮੁਸ਼ਕਲ ਕੰਮ ਹੈ ਹਾਲਾਂਕਿ ਚੋਣ ਕਮਿਸ਼ਨ ਨੂੰ ਭਰੋਸਾ ਹੈ ਕਿ ਅਗਲੇ ਸਾਲ ਉੱਤਰ ਪ੍ਰਦੇਸ਼ ਅਤੇ ਪੰਜਾਬ ਸਣੇ ਪੰਜ ਰਾਜਾਂ ਵਿੱਚ ਚੋਣਾਂ ਸਮੇਂ ਸਿਰ ਹੋਣਗੀਆਂ ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰ ਨੇ ਇਹ ਗੱਲ ਨਿਊਜ਼ ਏਜੰਸੀ ਪੀਟੀਆਈ ਨੂੰ ਕਹੀ ਹੈ ਉਹਨੇ ਕਿਹਾ ਕਿ ਬਿਹਾਰ ਵਿਧਾਨ ਸਭਾ ਚੋਣਾਂ ਦੌਰਾਨ ਸਾਨੂੰ ਤਜਰਬਾ ਮਿਲਿਆ ਇਸ ਦਿਨ ਆ ਹੀ ਕਰੋਨਾ ਮਹਾਮਾਰੀ ਦੇ ਨਾਲ ਪੱਛਮੀ ਬੰਗ ਪੰਜ ਰਾਜਾਂ ਵਿੱਚ ਚੋਣਾਂ ਹੋਈਆਂ ਤੇ ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰ ਨੇ ਕਿਹਾ ਕਿ ਚੋਣ ਕਮਿਸ਼ਨ ਦਾ ਸਭ ਤੋਂ ਮਹੱਤਵਪੂਰਨ ਫੱਟ ਬੰਦ ਹੈ ਕਿ ਵਿਧਾਨ ਸਭਾ ਦੀ ਮਿਆਦ ਖਤਮ ਹੋਣ ਤੋਂ ਪਹਿਲਾਂ ਚੋਣਾਂ ਕਰਵਾਉਣ ਅਤੇ ਜੇਤੂ ਉਮੀਦਵਾਰਾਂ ਦੀ ਸੂਚੀ ਰਾਏ ਪਾਲੂ ਸੌਪਣ। ਸਰਕਾਰੀ ਮੁਲਾਜ਼ਮਾਂ ਲਈ ਖੁਸ਼ਖਬਰੀ ਤਨਖਾਹ ਵਧਾਉਣ ਦੀ ਪ੍ਰਕਿਰਿਆ ਹੋਈ ਸ਼ੁਰੂ। ਕੇਂਦਰ ਸਰਕਾਰ ਦੇ ਕਰਮਚਾਰੀਆਂ ਦੀਆਂ ਤਨਖਾਹਾਂ ਦੀ ਵਾਧੇ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਕਿੰਨੀ ਦਿੱਤੀ ਗਈ ਹੈ? ਉਹਨਾਂ ਨੂੰ 30 ਜੂਨ ਤੱਕ ਆਪਣੀ ਸੈਲਫ ਐਪਰੀਸ਼ੀਅਲ ਰਿਪੋਰਟ ਅਦਕੈ ਨੂੰ ਦੇਣੀ ਪਵੇਗੀ ਤੇ ਇਸ ਤੋਂ ਬਾਅਦ ਉਹਨਾਂ ਦੇ ਇੰਕਰੀਮੈਂਟ ਅਤੇ ਪ੍ਰਮੋਸ਼ਨ ਬਾਰੇ ਪ੍ਰਦਰਸ਼ਨ ਦੇ ਆਧਾਰ ਤੇ ਫੈਸਲਾ ਕੀਤਾ ਜਾਵੇਗਾ ਦਰਅਸਲ ਈਪੀਐਫੋਰ ਨੇ ਆਪਣੇ 20000 ਤੋਂ ਵੱਧ ਮੁਲਾਜ਼ਮਾਂ ਲਈ ਇੱਕ ਆਦੇਸ਼ ਜਾਰੀ ਕੀਤਾ ਜਿਸ ਵਿੱਚ ਕਿਹਾ ਗਿਆ ਕਿ ਐਨੂਅਲ ਪਰਫਾਰਮੈਂਸ ਅਸੈਸਮੈਂਟ ਰਿਪੋਰਟ ਜਣਕੀ ਏਪੀਏਆਰ ਮੋਡੀਊਲ ਦਾ ਐਚਆਰ ਸੌਫਟ ਆਨਲਾਈਨ ਵਿੰਡੋ ਲਾਂਚ ਕਰ ਦਿੱਤਾ ਗਿਆ ਤੇ ਹੁਣ ਸਾਰੇ ਅਧਿਕਾਰੀਆਂ ਨੂੰ ਆਪਣਾ ਰਿਵਿਊ ਤੇ ਰਿਪੋਰਟ ਦਾਖਲ ਕਰਨੀ ਹੋਵੇਗੀ ਤੇ ਐਪਰੀਸ਼ੀਅਲ ਦੇ ਦਾਇਰੇ ਦੇ ਸਾਰੇ ਕੇਂਦਰ ਸਰਕਾਰ ਦੇ ਕਰਮਚਾਰੀ ਹੋਣਗੇ ਇਹ ਵਿੰਡੋ ਗਰੁੱਪ A ਗਰੁੱਪ B ਅਤੇ ਗਰੁੱਪ C ਦੇ এমਪਲਾਈਮੈਂਟ ਲਈ ਖੁੱਲੀ ਇਹਤੇ ਦੱਸ ਦਈਏ ਕਿ ਕਰੋਨਾ ਵਾਇਰਸ ਮਹਾਮਾਰੀ ਕਨਸਲਾਨਾ ਬੁਲਾਂਕਣ ਵਿੱਤੀ ਸਾਲ 2020-21 ਅੱਗੇ ਚੱਲਿਆ ਗਿਆ ਸੀ ਤੇ DOP&T ਦੇ ਆਦੇਸ਼ ਅਨੁਸਾਰ CSS ਅਤੇ C ट्रिपल S ਅਤੇ CSS ক্যাਡਰ ਦੇ ਗਰੁੱਪ A B C ਦੀ ਐਨੀਵਲ ਪਰਫਾਰਮੈਂਸ ਅਸੈਸਮੈਂਟ ਰਿਪੋਰਟ ਜਮ੍ਹਾਂ ਕਰਦੇ ਤਰੀਕ 31 ਦਸੰਬਰ 2021 ਤੱਕ ਵਧਾ ਦਿੱਤੀ ਗਈ ਹੈ आदेश अनुसार ਜਿਹੜੇ ਲੋਕ 28 ਫਰਵਰੀ 2021 ਨੂੰ ਸੇਵਾਮੁਕਤ ਹੋ ਗਏ ਨੇ ਉਹਨਾਂ ਨੂੰ ਵੀ ਇਸ ਦਾ ਲਾਭ ਦਿੱਤਾ ਜਾਵੇਗਾ 3000 ईटीटी ਅਧਿਆਪਕ ਹੋਣਗੇ ਮਾਸਟਰ ਕੇਡਰ ਵਿੱਚ ਪ੍ਰਮੋਟ ਸਿੱਖਿਆ ਸਕੱਤਰ 10000 ای ٹی ٹی अध्यापकਾਂ ਦੀ ਬਹੁਤ ਜਲਦੀ ਮਾਸਟਰ ਕੈਡਰ ਵਿੱਚ ਤਰੱਕੀ ਹੋਣ ਜਾ ਰਹੀ ਹੈ ਇਹ ਜਾਣਕਾਰੀ ਅੱਜ ਸਿੱਖਿਆ ਸਕੱਤਰ ਕਿਸ਼ਨ কুমার ਨੇ ای ٹی ٹی ਅਧਿਆਪਕਾਂ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਰਣਜੀਤ ਸਿੰਘ ਬਾਠ ਨਾਲ ਹੋਈ ਅਹਿਮ ਜ਼ੂ ਮੀਟਿੰਗ ਦੌਰਾਨ ਇਹਨਾਂ ਨੇ ਇਹ ਜਾਣਕਾਰੀ ਦਿੱਤੀ ਤੇ ਮੀਟਿੰਗ ਦੌਰਾਨ ਸਰਦਾਰ ਬਾਠ ਵੱਲੋਂ ای ٹی ٹی ਅਧਿਆਪਕਾਂ ਦੀਆਂ ਹੋਈਆਂ ਬਦਲੀਆਂ ਨੂੰ ਲਾਗੂ ਕਰਵਾਉਣ ਅਤੇ ای ٹی ٹی ਅਧਿਆਪਕਾਂ ਦੀ ਮਾਸਟਰ ਕੈਡਰ ਵਿੱਚ ਤਰੱਕੀ ਕਰਨ ਦਾ ਮੁੱਦਾ ਸਿੱਕੇਸ ਕਰਤੇ ਕਿਸ਼ਨ ਕੁਮਾਰ ਕੋਲ ਪ੍ਰਮੁੱਖਤ ਨਾਲ ਉਠਾਇਆ ਗਿਆ ਤੇ 3000 ਜਿਹੜੇ ਈਟੀ ਅਧਿਆਪਕ ਮਾਸਟਰ ਡੀਗਰੀ ਵਿੱਚ ਜਲਦੀ ਹੀ ਪ੍ਰਮੋਟ ਕਰ ਦਿੱਤੇ ਜਾਣਗੇ ਆਉਣ ਵਾਲੇ ਦਿਨਾਂ ਵਿੱਚ ਕੀ ਰਹੇਗਾ ਮੌਸਮ ਦਾ ਹਾਲ ਜਾਣੋ ਕਿੱਥੇ-ਕਿੱਥੇ ਹੋਵੇਗੀ ਬਾਰਿਸ਼ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਮੌਸਮ ਵਿੱਚ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਤੇ ਅਕਾਲ ਤੋਂ ਜੂਨ ਦਾ ਮਹੀਨਾ ਵੀ ਸ਼ੁਰੂ ਹੋ ਗਿਆ ਤੇ ਇਸ ਦਰਮਿਆਨ ਭਾਰਤੀ ਮੌਸਮ ਭਾਗ ਨੇ ਮੌਨਸੂਨ ਨੂੰ ਲੈ ਕੇ ਪੁਇਕਬਾਣੀ ਕੀਤੀ ਹੈ ਸੰਸਾਰ ਮਾਨਸੂਨ ਦੇ ਜੂਨ ਵਿੱਚ ਆਮ ਰਹਿੰਦੇ ਪੁਇਕਬਾਣੀ ਕੀਤੀ ਗਈ ਤੇ ਦੂਜੇ ਪਾਸੇ ਮਾਨਸੂਨ ਮੱਧ ਭਾਰਤ ਵਿੱਚ ਆਮ ਨਾਲੋਂ ਵਾਧੇ ਤੇ ਉੱਤਰ ਅਤੇ ਦੱਖਣੀ ਭਾਰਤ ਵਿੱਚ ਆਮ ਅਤੇ ਉੱਤਰ ਪੂਰਬੀ ਭਾਰਤ ਵਿੱਚ ਆਮ ਨਾਲੋਂ ਘੱਟ ਰਹਿੰਦੇ ਅਮੀਰ ਤੇ ਆਈਐਮਡੀ ਦੇ ਡਾਇਰੈਕਟਰ ਜਨਰਲ ਮਿਰਤੁੰਜੇ ਮਹਾਪਾਤਰਾ ਨੇ ਇਹ ਜਾਣਕਾਰੀ ਦਿੱਤੀ ਹੈ ਭਾਰਤ ਮੌਸਮ ਭਾਗ ਨੇ ਕਿਹਾ ਹੈ ਕਿ ਦੱਖਣੀ ਪੱਛਮੀ ਮਾਨਸੂਨ ਦੇ ਉੱਤਰ ਅਤੇ ਦੱਖਣ ਭਾਰਤ ਵਿੱਚ ਆਮ ਕੇਂਦਰੀ ਭਾਰਤ ਵਿੱਚ ਆਮ ਨਾਲੋਂ ਵਧੇਰੇ ਤੇ ਪੂਰਬੀ ਅਤੇ ਉੱਤਰ ਪੂਰਬ ਪਾਤ ਵਿੱਚ ਆਮ ਨਾਲੋਂ ਘੱਟ ਰਹਿੰਦੀ ਉਮੀਰ ਅਤੇ ਦੱਖਣੀ ਪੰਜਵੀਂ ਮਾਸੂਨ 2021 ਲਈ ਆਪਣੇ ਲੰਬੇ ਸਮੇਂ ਦੀ ਪੁਖਬਾਣੀ ਜਾਰੀ ਕਰਦੇ ਆਈਐਮਡੀ ਦੇ ਡਾਇਰੈਕਟਰ ਜਨਰਲ ਮ੍ਰਿਤੁੰਜੇ ਮਹਾਪਾਤਰਾ ਨੇ ਕਿਹਾ ਕਿ ਇਸ ਵਿੱਚ ਸਾਲ ਆਮ ਮਾਨਸੂਨ ਰਹਿੰਦੀ ਪੁਖਬਾਣੀ ਕੀਤੀ ਜਾ ਰਹੀ ਹੈ ਇੱਕ ਬੋਰੀ ਯੂਰੀਆ ਹੁਣ ਇੱਕ ਬੋਤਲ ਵਿੱਚ ਹੀ ਆਵੇਗੀ ਜੀहां ਦੋਸਤੋ ਖੇਤੀ ਵਿੱਚ ਯੂਰੀਆ ਦੀ ਅਨੇਵਾ ਬਾਤ ਨੂੰ ਰੋਕਣ ਦੀ ਗੰਬੀਸ਼ ਮਸਾ ਦਾ ਛੁਟਕਾਰਾ ਪਾਉਣ ਲਈ ਨੈਨੋ ਯੂਰੀਆ ਲਾਹੇਵਾਂ ਦਾ ਸਦ ਹੋਵੇਗੀ ਫਕੋਣ ਇਸ ਨੂੰ ਬਣਾਏ ਤੇ ਫਕੋਣ ਸਰਪੰਚਾ ਕਿਲੋ ਇਹ ਬੋਰੀ ਯੂਰੀਆ ਇਥਾਂ ਸਿਰਫ 1/2 ਲੀਟਰ ਨੈਨੋ ਯੂਰੀਆ ਹੀ ਕਾਫੀ ਹੋਵੇਗਾ ਸਸਤਾ ਹੋਣ ਦੇ ਨਾਲ ਨਾਲ ਫਸਲਾਂ ਲਈ ਪ੍ਰਭਾਵਸ਼ਾਲੀ ਰਹੇਗਾ ਤੇ ਇਸ ਨੈਨੋ ਯੂਰੀਆ ਨੂੰ ਮੁਗੁਜਰਾ ਦੇ ਕਲੋਸਥਿਤ ਫਕੋਰ ਨੈਨੋ ਬਾਇਓਟੈਕਨੋਲੋਜੀ ਸਟੱਡੀ ਸੈਂਟਰ ਵਿਖੇ ਵਿਕਸਿਤ ਕੀਤਾ ਗਿਆ ਤੇ ਫਕੋਦੀ ਪੰਜਾਬੀ ਜਨਰਲ ਅਸੈਂਬਲੀ ਦੀ ਬੈਠਕ ਵਿੱਚ ਦੁਨੀਆ ਦਾ ਪਹਿਲਾ ਨੈਨੋ ਯੂਰੀਆ ਪੇਸ਼ ਕੀਤਾ ਗਿਆ ਜਿਵੇਂ ਕਿ ਤੁਸੀਂ ਤਸਵੀਰ ਵਿੱਚ ਵੇਖ ਰਹੇ ਹੋ ਕਿ ਅੱਧੇ ਲੀਟਰ ਦਾ ਜਿਹੜੇ ਅੱਧੇ ਲੀਟਰ ਦੀ ਬੋਤਲ ਹੈਗੀ ਉਹ ਇੱਕ ਬੋਰੀ ਯੂਰੀਆ ਦੇ ਬਰਾਬਰ ਕੰਮ ਕਰੇਗੀ ਪੰਜਾਬ ਵਿੱਚ ਖਸਕ ਖਸ ਦੀ ਖੇਤੀ ਖਾਤਰ ਵਿਧਾਇਕ ਲਾਬਤ ਦੀ ਵਲ ਤੋਰੇ ਜੀਹਾਂ ਦੋਸਤੋ ਪੰਜਾਬ ਵਿੱਚ ਖਸਕ ਖਸ ਦੀ ਖੇਤੀ ਨੂੰ ਮਾਨਤਾ ਲਈ ਸਾਲਾਂ ਤੋਂ ਯਤਨ ਕਰ ਰਹੇ ਜਗਰਾਉਂ ਦੇ ਨੌਜਵਾਨਾਂ ਦੀ ਕਈ ਵਿਧਾਇਕਾਂ ਨੇ ਬਾਹ ਫੜਦੇ ਆ ਵਾਈਟ ਪੇਪਰ ਲਿਆਉਂਦੀ ਮੰਗ ਚ ਕੰਦਾ ਵਾਦਾ ਕੀਤਾ ਜਗਰਾਉਂ ਦੇ ਸੰਜੇ ਕੁਮਾਰ ਪੱਕੀ ਜਾਤੇ ਸਾਥੀਆਂ ਦੀਆਂ ਦਲੀਲਾਂ ਨੇ ਕਿਹਾ ਕਿ ਖਾਸ ਕਰ ਜੈਸ ਦੀ ਗਵਾਂਡੀ ਸੁਬਾ ਵਿੱਚ ਬਜਾਈ ਤੇ ਵਿਕਰੀ ਹੁੰਦੀ ਹੈ ਤੇ ਪੰਜਾਬ ਵਿੱਚ ਖਸਕ ਖਸ ਤੋਂ ਬਣੇ ਪਦਾਰਥ ਤੇ ਦਵਾਈਆਂ ਵੇਚ ਰਹੀਆਂ ਨੇ ਜੇ ਖਸਖਸ ਦੇ ਬਣੇ ਪਦਾਰਥ ਵੇਚ ਸਕਦੇ ਨੇ ਤਾਂ ਉਹਨਾਂ ਦੀ ਖੇਤੀ ਕਿਉਂ ਨਹੀਂ ਹੋ ਸਕਦੀ ਉਹਨਾਂ ਨੇ ਡੇਲਾ ਵਿੱਚ ਇਹ ਵੀ ਕਿਹਾ ਕਿ ਖਸਖਸ ਦੀ ਖੇਤੀ ਪੰਜਾਬ ਵਿੱਚ ਵਗ ਰਹੇ ਨਸ਼ਿਆਂ ਦੇ ਦਰਿਆ ਨੂੰ ਰੋਕੇ ਕਿ ਤੇ ਨੌਜਵਾਨ ਨਸ਼ੇ ਤੋਂ ਪਾਸਾ ਵੱਟ ਕੇ ਇਸ ਦਾ ਸੇਵਨ ਨਾਲ ਹੱਥੀ ਮਿਹਨਤ ਕਰ ਲਈ ਅੱਗੇ ਆਉਣਗੇ ਇਸ ਲਈ ਇਤਿਹਾਸ ਦੇ ਪਿਛੋਕਰ ਤੇ ਝਾਤ ਮਾਰੀ ਤੇ ਬਜ਼ੁਰਗ ਇਸ ਗੱਲ ਦੀ ਗਵਾਹੀ ਭਰਨਗੇ ਤਾ ਦੋਸਤੋ ਇਸੇ ਕੀ ਆਪਣੀ ਅੱਜ ਦਿਨ ਭਰ ਦੀਆਂ ਵਡੀਆਂ ਖਬਰਾਂ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਤੇ ਅਸੀਂ ਹਾਜ਼ਰ ਹੋਵਾਂਗੇ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਨਵੀਆਂ ਤੇ ਤਾਜ਼ਾ ਖਬਰਾਂ ਨਾਲ ਹੋਣ ਦੇ ਲਈ ਇੰਨਾ ਹੀ ਧੰਨਵਾਦ ਸਤਿ ਸ਼੍ਰੀ ਅਕਾਲ